ਅਜਮੇਰ ਸਿੱਧੂ ਦੀ ਕਹਾਣੀ ਇਹ ਚਾਂਜਰ ਤੂੰ ਨਾ ਪਾਵੇਂ ਮੈਂ ਓਪੀਡੀ ਤੋਂ ਬਾਹਰ ਨਿਕਲਣੀ ਲੱਗੀ ਸੀ ਦੂਰੋਂ ਆਉਂਦੀ ਐਂਬੂਲੈਂਸ ਦੀ ਆਵਾਜ਼ ਨੇ ਮੇਰੇ ਪੈਰ ਥਾਂ ਹੀ ਰੋਕ ਦਿੱਤੇ ਓ ਨੋ ਕਹਿ ਕੇ ਘੜੀਵਾਲ ਵੇਖਣ ਲੱਗੀ ਬੱਚੇ ਅੱਧੇ ਘੰਟੇ ਤੱਕ ਸਕੂਲ ਤੋਂ ਘਰ ਆ ਜਾਣਗੇ ਅੱਜ ਉਹਨਾਂ ਕੋਲ ਘਰ ਦੀ ਚਾਬੀ ਵੀ ਨਹੀਂ ਹੈ ਸਵੇਰੇ ਉਹਨਾਂ ਨੂੰ ਚਾਬੀ ਦੇਣੀ ਮੈਂ ਹੀ ਭੁੱਲ ਗਈ ਅੱਗੇ ਤਾਂ ਜਿੱਦਨ ਮੇਰੀ ਕਾਲ ਹੁੰਦੀ ਉਹਨਾਂ ਨੂੰ ਜਗਦੀਪ ਚੁੱਕ ਲੈਂਦਾ ਸੀ 10 ਸੇ ਉਹਨਾਂ ਤੋਂ ਪਤੀ ਦੇਵ ਘਰੇ ਨਹੀਂ ਉਹ ਰੈਜ਼ਿਡੈਂਸੀ ਤਿਆਰੀ ਲਈ ਡਾਕਟਰ ਬਾਸਨ ਕੋਲ ਹਫ਼ਤੇ ਲਈ ਗਏ ਸੀ ਤੇ ਸਰਦਾਰ ਸਾਹਿਬ ਨੇ ਤਿੰਨ ਦਿਨਾਂ ਦਾ ਹੋਰ ਪ੍ਰੋਗਰਾਮ ਬਣਾ ਲਿਆ ਹੈ ਅਖੇ ਕੈਲਗਰੀ ਚ ਪ੍ਰੋਗਰੈਸਿਵ ਐਸੋਸੀਏਸ਼ਨ ਦਾ ਇਜਲਾਸ ਹੈ ਨਵੀਂ ਬੋਡੀ ਦੀ ਚੋਣ ਹੋਣੀ ਆ ਤੇ ਦੂਜੇ ਦਿਨ ਨਾਰੀ ਅਧਿਕਾਰਾਂ ਦੀ ਰਾਖੀ ਤੇ ਇੱਕ ਲੈਕਚਰ ਵੀ ਦੇਣਾ ਹੈ ਐਂਬੂਲੈਂਸ ਦੀ ਆਵਾਜ਼ ਹੋਰ ਤੇਜ਼ ਹੋ ਗਈ ਆ ਮਰੀਜ਼ ਦੀ ਹਾਲਤ ਪਤਾ ਨਹੀਂ ਕਿੰਨੀ ਕ੍ਰਿਟੀਕਲ ਹੋ ਗਈ ਆ ਉਤੇ ਕਿੰਨਾ ਟਾਈਮ ਲੱਗੇ ਉਹਨਾਂ ਚਿਰ ਬੱਚੇ ਘਰ ਦੇ ਬਾਹਰ ਹੀ ਖੜੇ ਰਹਿਣਗੇ ਇਹ ਤਾਂ ਮੈਂ ਡਰੀ ਜਾ ਰਹੀ ਆ ਮਾਂ ਹਾਂ ਮਨੋਮਨੀ ਜਗਦੀਪ ਨੂੰ ਕਾਲ ਕਰਦੀ ਆ ਉਹ ਅੱਗੇ ਬੋਲਦਾ ਜਾਪਦਾ ਡਾਕਟਰ ਸਾਹਿਬ ਇਹ ਕੈਨੇਡਾ ਹੈ ਇੰਡੀਆ ਨਹੀਂ ਇੰਡੀਆ ਜੇ ਪਿੱਛੇ ਜਾਏ ਤਾਂ ਗਈ ਸੀ ਮੈਂ ਪਤੀਜੇ ਦੀ ਲੋੜੀ ਪਾਉਣ ਇਹ ਦੇਖ ਕੇ ਹੈਰਾਨ ਰਹਿ ਗਈ ਲੋਕਾਂ ਨੇ ਫੁੱਲ ਭਰ ਬੱਚੇ ਘਰਾਂ ਅੰਦਰ ਟੈਲੀਵਿਜ਼ਨਾਂ ਮੋਰੇ ਤਾੜੇ ਹੋਏ ਬੱਚਿਆਂ ਦੇ ਹੱਥਾਂ 'ਚ ਵੱਡੇ ਵੱਡੇ ਮੋਬਾਈਲ ਫੜਾਏ ਹੋਏ ਫਿਲਮਾਂ ਗੀਤਾਂ ਵੀਡੀਓ ਗੇਮਾਂ 'ਚ ਮਸਤ ਕੀਤੇ ਪਏ ਚੇਚੇਰੇ ਭਰਾ ਦੇ ਬੋਲ ਜੇ ਵੀ ਕੰਨਾਂ 'ਚ ਗੂੰਜ ਰਹੇ ਆ ਇਥੇ 6 ਮਹੀਨਿਆਂ ਦੇ ਬੱਚੀ ਤੱਕ ਸੁਰੱਖਿਆਤ ਨਹੀਂ ਮੁੰਡਿਆਂ ਨੂੰ ਪਤਾ ਨਹੀਂ ਕਿਹਨੇ ਕਦੋਂ ਨਸ਼ੇ ਤੇ ਲਾ ਦੇਣਾ ਲੱਗਦਾ ਓ ਇਸ ਡਰ ਚ ਬੱਚਿਆਂ ਨੂੰ ਘਰੋਂ ਬਾਹਰ ਹੀ ਨਹੀਂ ਕੱਢਦੇ ਉੱਥੋਂ ਦੀ ਅੰਗਰੇਜ਼ੀ ਤੇ ਕਿਸੇ ਅਖਬਾਰ ਦੀ ਰਿਪੋਰਟਿੰਗ ਮੇਰੇ ਸਾਹਮਣੇ ਘੁੰਮ ਰਹੀ ਹੈ ਘਰ ਸਕੂਲ ਤੇ ਧਾਰਮਿਕ ਸੰਸਥਾਵਾਂ 'ਚ ਆਪਣੇਆਂ ਤੋਂ ਬੱਚਿਆਂ ਵੱਧ ਅਸੁਰੱਖਿਅਤ ਖੈਰ ਇਥੇ ਬਤੇ ਹੋਇਆ ਫਿਰ ਵੀ ਸੋਚੀ ਜਾ ਰਹੀਆਂ ਮੈਂ ਕਾਲ ਜ਼ਰੂਰ ਲੈਣੀ ਸੀ ਮੇਰੀ ਬੇਟੀ ਸਵਰੀ ਤੋਦਾਂ ਤਾਂ 16 ਸਾਲ ਦੀ ਹੈ ਪਰ ਦੇਖਣ ਨੂੰ ਭਰ ਜਵਾਨ ਲੱਗਦੀ ਹੈ ਗੋਰੇ ਬੱਚਿਆਂ ਵਾਂਗ ਹੱਡੀਆਂ ਪੈਰਾਂ ਖੁੱਲੀ ਡੁੱਲੀ ਜਦੋਂ ਕਢਾਈ ਦੇ ਕਢਾਈਦਾਰ ਸੂਟ ਪਾਉਂਦੀ ਹੈ ਸੋਹਣੀ ਪੰਜਾਬਣ ਫੱਬਦੀ ਹੈ ਹੁਣ ਸਕੂਲ ਦੇ ਗ੍ਰੈਜੂਏਸ਼ਨ ਕਰ ਰਹੀ ਹੈ ਉਹ ਤੋਂ ਛੋਟਾ ਹਰਸ਼ ਤਾਂ ਮੜ ਕੁ ਜਿਆ ਇਹਨੂੰ ਵੀ ਇੱਥੀ ਵਾਂਗ ਬੋਚ-ਬੋਚ ਰੱਖਦੀਆਂ ਹੁਣ ਬੱਚੇ ਬਸ ਉਤਰਣਗੇ ਬਾਹਰ ਖੜੇ ਰਹਿਣਗੇ ਹਸਪਤਾਲ ਤੋਂ ਤੁਰ ਤਾ ਮੈਂ ਟਾਈਮ ਨਾਲ ਹੀ ਪਹੁੰਚਣਾ ਸੀ ਅਚਾਨਕ ਐਮਰਜੈਂਸੀ ਆ ਗਈ ਬੱਚੇ ਪਿਕ ਕਰਨ ਲਈ ਮੈਂ ਆਪਣੀ ਕੁਲੀਗ ਡਾਕਟਰ ਕਿਰਨ ਨੂੰ 7-8 ਵਾਰ ਫੋਨ ਲਾ ਚੁੱਕਿਆ ਪਰ ਉਹ ਫੋਨ ਹੀ ਨਹੀਂ ਚੁੱਕ ਰਹੀ ਮੇਰੇ ਸਾਹਮਣੇ ਸਵਰੀ ਦੀ ਉੱਚੀ ਲਮੀਂ ਡੀਲ ਡਾਲ ਖੜੀ ਮੁੜੀ ਆ ਰਹੀ ਹੈ ਪੁੱਝ ਤਾਂ ਮੈਂ ਵੀ ਉਹਦੇ ਪਾਪਾ ਵਾਂਗ ਉਹਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਆ ਉਹ ਚੰਗਾ ਖਾਵੇ ਚੰਗਾ ਪਹਿਨੇ ਦੱਬ ਘੁੱਟ ਕੇ ਨਾ ਰਹੇ ਮੇਰੀ ਧੀ ਉੱਡੇ ਪਰ ਧਰਤੀ ਤੇ ਰਹੇ ਆਪਣਾ ਕਲਚਰ ਸਿੱਖੇ ਜਗਦੀਪ ਵੀਕੈਂਡ ਤੇ ਮੈਨੂੰ ਤੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਂਦੇ ਆ ਉਹ ਇਥੋਂ ਵਾਂਗ ਖੁੱਲੇ ਖਿਆਲਾਂ ਦੇ ਵੀ ਆ ਉਹ ਚਾਹੁੰਦੇ ਆ ਸਾਡੇ ਬੱਚੇ ਵਧੀਆ ਜੀਵਨ ਬਸਰ ਕਰਨ ਡਾਕਟਰ ਇੰਜੀਨੀਅਰ ਬਣ ਕੇ ਦੱਸਣ ਸਾਡੀ ਬੇਟੀ ਵੀ ਹੈ ਬਹੁਤ ਹੁਸ਼ਿਆਰ ਹਰ ਕਲਾਸ ਤੋਂ ਟੌਪ ਕਰਦੀ ਹੈ ਮੇਰੇ ਵਾਂਗ ਉਹਦੇ ਦਾਦਾ ਜੀ ਵੀ ਫਿਕਰਮੰਦ ਰਹਿੰਦੇ ਆ ਉਹਨਾਂ ਦਾ ਇੰਡੀਆ ਤੋਂ ਫੋਨ ਆਏਗਾ ਪੁੱਤਰ ਜੀ ਧੀ ਜਵਾਨ ਹੋ ਰਹੀ ਐਵੇਂ ਨਾ ਕਿਸੇ ਗੋਰੇ ਕਾਲੇ ਦੇ ਚੱਕਰ 'ਚ ਫਸ ਜਾਏ ਇਨੂੰ ਆਪਣੇ ਧਰਮ ਜਾਤ ਬਰਾਦਰੀ ਬਾਰੇ ਦੱਸਿਆ ਕਰੋ ਜਗਦੀਪ ਆਪਣੇ ਡੈਡੀ ਜੀ ਦੀ ਗੱਲ ਸੁਣ ਕੇ ਹੱਸ ਪੈਂਦੇ ਆ ਪਰ ਮੈਂ ਗੰਭੀਰ ਹੋ ਜਾਨੀ ਆ ਹੁਣ ਵੀ ਮੇਰੀ ਸੁਤਾ ਬੱਚਿਆਂ ਚ ਐਂਬੂਲੈਂਸ ਦੀ ਆਵਾਜ਼ ਬੰਦ ਹੋਈ ਆ ਮੈਂ 5 ਮਿੰਟ ਚ ਨਰਸਿੰਗ ਸਟੇਸ਼ਨ ਪਹੁੰਚ ਗਈ ਆ ਨਰਸ ਸ਼ਾਸ਼ਾ ਨੇ ਮਰੀਜ਼ ਦੀ ਫਾਈਲ ਤਿਆਰ ਕਰਕੇ ਮੇਰੇ ਮੋਹਰੇ ਕੀਤੀ ਆ 6 ਸਾਲ ਦੀ ਇਹ ਬੱਚੀ ਅਸਥਮਾ ਦੇ ਸਵियर ਅਟੈਕ ਨਾਲ ਤੜਪ ਰਹੀ ਆ ਠੀਕ ਢੰਗ ਨਾਲ ਪਫਰ ਨਾ ਲੈਣ ਕਾਰਨ ਇਹ ਦੁਬਾਰਾ ਬਿਮਾਰ ਹੋਈ ਆ ਇਹ ਗੋਰੇ ਲੋਕ ਧਿਆਨ ਹੀ ਨਹੀਂ ਦਿੰਦੇ ਬੱਚਿਆਂ ਤੇ ਅਸੀਂ ਤਾਂ ਬੱਚਿਆਂ ਦੀ ਬਹੁਤ ਕੇਅਰ ਕਰਦੇ ਆ ਮੈਂ ਮਰੀਜ਼ ਨੂੰ ਨੇਬੁਲਾਈਜ਼ ਕੀਤਾ ਆਕਸੀਜਨ ਤੇ ਲਾ ਕੇ ਮਰੀਜ਼ ਵੱਲ ਦੇਖਣ ਲੱਗੀ ਆ ਧਿਆਨ ਤਾਂ ਮੇਰਾ ਸਬਰੀ ਤੇ ਹਰਸ਼ ਚਾ ਉਂਝ ਤੇ ਬੱਚੇ ਬੜੇ ਐਡਵਾਂਸ ਆ ਪਰ ਇੱਥੇ ਕ੍ਰਾਈਮ ਦਾ ਨਹੀਂ ਪਤਾ ਲੱਗਦਾ ਮੈਂ ਬੱਚੀ ਨੂੰ ਚੈੱਕ ਕੀਤਾ ਆ ਇਹ ਪਹਿਲਾਂ ਨਾਲੋਂ ਠੀਕ ਆ ਬੱਚੀ ਦੀ ਸਿਹਤ ਚ ਸੁਧਾਰ ਹੋਇਆ ਦੇਖ ਤੁਰੰਤ ਤੁਰੰਤ ਫੈਸਲਾ ਕਰਦੀ ਆ ਨਰਸ ਨੂੰ ਹਿਦਾਇਤ ਦੇ ਕੇ ਘਰ ਦੀ ਰਫਤਾਰ ਕਾਰ ਦੀ ਰਫ਼ਤਾਰ ਵਧਾ ਦਿੱਤੀ ਆ। ਓਹੋ ਮੈਂ ਐਵੇਂ ਡਰੀ ਜਾ ਰਹੀ ਆ। ਉਹ ਰੌਕਸੀ ਦੇ ਘਰ ਚਲੇ ਜਾਣਗੇ। ਆਖਰ ਰੌਕਸੀ ਸਵਰੀਦੀ ਦੀ ਸੀਨੀਅਰ ਰਹੀ ਆ। ਉਹਦੀ ਸਹੇਲੀ ਵੀ ਆ ਤੇ ਰੌਕਸੀ ਦੀ ਮਮ ਸੈਂਡਰਾ ਉਹਦੀ ਟੀਚਰ ਆ। ਉਂਝ ਵੀ ਇਹ ਗੋਰੀਆਂ ਬਹੁਤ ਹੈਲਪਫੁਲ ਨੇ ਪਰ ਇਹਨਾਂ ਦਾ ਕੰਟੈਕਟ ਨੰਬਰ ਘਰ ਹੋਣਾ। ਇਹਨਾਂ ਸੋਚਾਂ 'ਚ ਪਤਾ ਹੀ ਨਹੀਂ ਲੱਗਿਆ ਕਦੋਂ ਮੇਰੀ ਕਾਰ ਦੀ ਬ੍ਰੇਕ ਘਰ ਅੱਗੇ ਲੱਗ ਗਈ। ਵਾਹ ਜੀ ਵਾਹ ਆ ਤਾਂ ਉਹੀ ਗੱਲ ਹੋਈ। ਸੈਂਡਰਾ ਤੇ ਰੌਕਸੀ ਇਹਨਾਂ ਨੂੰ ਲੈ ਕੇ ਆਪਣੇ ਘਰ ਵੱਲ ਜਾ ਰਹੀਆਂ ਹਨ। ਮੇਰੀ ਕਾਰ ਵੇਖ ਕੇ ਚਾਰੋਂ ਰੁੱਕ ਗਏ ਮੈਂ ਕਾਰ ਪਾਕ ਕਰਕੇ ਦੋਨਾਂ ਨਾਲ ਹੱਥ ਮਿਲਾਇਆ ਥੈਂਕਸ ਸਾਂਡਰਾ ਥੈਂਕਸ ਰੌਕਸੀ ਉਹਨਾਂ ਮੁਸਕਰਾ ਕੇ ਮੇਰਾ ਹੱਥ ਘੁੱਟਿਆ ਸਵਰੀ ਤੇ ਹਰਸ਼ ਮੈਨੂੰ ਆ ਚੰਬੜੇ ਦੋਵੇਂ ਮਾਵਾਂ ਧੀਾਂ ਹੱਥੇ ਲਾਉਂਦੀਆਂ ਤੁਰ ਪਈਆਂ ਹਨ ਇਹਨਾਂ ਦੇ ਚਿਹਰੇ ਖਿੜੇ ਪਏ ਹਨ ਮੈਂ ਤੇ ਜਗਦੀਪ ਵੀ ਇਹੀ ਚਾਹੁੰਦੇ ਆ ਸਾਡੇ ਬੱਚੇ ਵੀ ਇਹਨਾਂ ਵਾਂਗ ਟੈਕੇ ਰਹਿਣ ਬਾਹਰ ਤੱਕ ਸੁਣ ਰਏ ਸਾਡੇ ਲੈਂਡਫੋਨ ਦੀ ਆਵਾਜ਼ ਕਿੰਨੀ ਆ ਮਨਦੀਪ ਦਾ ਹੋਣਾ ਉਹ ਪਹਿਲਾਂ ਵੀ ਸੈੱਲ ਕਰ ਰਹੀ ਸੀ ਅੰਦਰ ਵਰਦੇ ਇਹ ਬੱਚੇ ਕੋ ਕੇਕ ਚਾਕਲੇਟ ਕੁਕੀਆਂ ਖਾਣ ਪੇਨ ਲੱਗ ਪਏ ਮੈਂ ਅਜੇ ਟੇਬਲ ਤੇ ਪਰਸ ਰੱਖਿਆ ਹੀ ਆ ਫੋਨ ਦੀ ਘੰਟੀ ਮੋੜ ਵੱਜਦੀ ਹੈ ਇਹ ਸ਼ੀਰੀ ਦੀਦੀ ਕਿੱਥੇ ਬਿਜ਼ੀ ਹੋ ਗਈ ਮੈਂ ਪਿਛਲੇ 2 ਘੰਟੇ ਤੋਂ ਫੋਨ ਕਰੀ ਜਾ ਰਹੀ ਆ ਮੇਰੇ ਤੋਂ ਛੋਟੀ ਮੰਦੀਪ ਨੂੰ ਸਾਹ ਚੜਿਆ ਹੋਇਆ ਹੈ ਭੈਣੇ ਮੈਂ ਹਸਪਤਾਲੋਂ ਲੇਟ ਹੋ ਗਈ ਸੀ ਜਸਟ ਘਰ ਚ ਐਂਟਰ ਹੀ ਕੀਤਾ ਆ ਤੂੰ ਕਿਉਂ ਘਬਰੀ ਹੋਈ ਆ ਘਰੇ ਸਭ ਠੀਕ ਠਾਕ ਹੈ ਮੈਨੂੰ ਫਿਕਰ ਜਿਆ ਹੋ ਗਿਆ ਤੁਹਾਡੀ ਸਹੇਲੀ ਹਰਬਿੰਦਰ ਅਟਪਾਲ ਦਾ ਮਰਡਰ ਹੋ ਗਿਆ। ਓ ਮਾਈ ਗਾਡ ਕਿਹਨੇ ਕੀਤਾ? ਮੇਰੇ ਕਾਲਜੇ 'ਚ ਰੁਗ ਭਰਿਆ ਗਿਆ। ਉਹਦੇ ਹਸਬੰਡ ਨੇ ਉਹਦੇ ਵਰਕਪਲੇਸ ਤੇ ਜਾ ਕੇ ਕਹਿੰਦਾ ਤੇਰਾ ਕੈਰੇਕਟਰ ਠੀਕ ਨਹੀਂ। ਜੀ ਜੀ ਤੁਸੀਂ ਖਬਰਾਂ ਨਹੀਂ ਸੁਣੀਆਂ ਦੁਪਹਿਰ ਦਾ ਸਾਰਾ মিডিਆ ਇਹੋ ਰਿਪੀਟ ਕਰੀ ਜਾ ਰਿਹਾ ਹੈ। ਮੈਂ ਮਨਦੀਪ ਦਾ ਫੋਨ ਵਿੱਚ ਘਾਰ ਹੀ ਕੱਟ ਦਿੱਤਾ। ਡਾਕਟਰ ਕਿਰਨ ਦਾ ਫੋਨ ਵੀ ਆ ਰਿਹਾ ਸੀ। ਹੁਣ ਮੇਰੇ 'ਚ ਫੋਨ ਸੁਣਨ ਦੀ ਹਿੰਮਤ ਨਹੀਂ ਬਚੀ। ਮੈਂ ਸੋਫੇ ਤੇ ਯੱਦ ਲੇਟੀ ਹੋ ਗਈਆਂ। ਥਰੂ ਆਪ ਮੁਹਾਰੇ ਵਗਣ ਲੱਗ ਪਏ ਮੈਨੂੰ ਯਾਦ ਆਇਆ ਉਦੋਂ ਅਸੀਂ ਨਵੇਂ-ਨਵੇਂ ਵੈਨਕੂਵਰ ਆਏ ਸੀ ਮੈਨੂੰ ਕੈਨੇਡਾ ਦੇ ਮੈਡੀਕਲ ਸਿਸਟਮ ਬਾਰੇ ਕੁਝ ਵੀ ਨਹੀਂ ਸੀ ਪਤਾ ਇੱਕ ਵਿਆਹ 'ਚ ਡਾਕਟਰ ਕਿਰਨ ਮਿਲੀ ਸੀ ਉਨੇ ਮੈਨੂੰ ਡਾਕਟਰੀ ਪ੍ਰੀਖਿਆ ਦੇਣ ਤੇ ਤਿਆਰੀ ਕਰਵਾਉਣ 'ਚ ਮਦਦ ਕੀਤੀ ਸੀ ਉਹਦੇ ਕਹਿਣ ਤੇ ਮੈਂ ਸਿਕਿਉਰਟੀ ਦਾ ਕੋਰਸ ਕੀਤਾ ਸੀ ਤੇ ਉਹਦਾ ਕਹਿਣਾ ਸੀ ਪੜਨ ਵਾਲਿਆਂ ਲਈ ਇਹ ਜੌਬ ਬੜੀ ਲਾਹੇਵੰਦ ਆ ਨੌਕਰੀ ਦੇ ਪਹਿਲੇ ਦਿਨ ਜਿਸ ਜਵਾਨ ਤੇ ਖੂਬਸੂਰਤੀ ਲੜਕੀ ਨੇ ਤੇ ਖੂਬਸੂਰਤ ਲੜਕੀ ਨੇ ਮੇਰਾ ਸਵਾਗਤ ਕੀਤਾ ਹੋਏ ਹਰਬਿੰਦਰ ਹੀ ਸੀ ਸਾਡੀ ਦੋਵਾਂ ਦੀ ਰਾਤ ਇੱਕ ਹੀ ਬਿਲਡਿੰਗ ਚ ਡਿਊਟੀ ਸੀ ਸਾਡੇ ਕੋਲ ਬਹੁਤ ਵੱਡੀ ਤੇ ਲੰਬੀ ਬਿਲਡਿੰਗ ਸੀ ਜਿਹਦੀ ਅਸੀਂ ਚੌਕੀਦਾਰੀ ਕਰਦੀਆਂ ਇੱਕ ਗੇੜਾ ਆਉਣ ਤੇ ਜਾਣ ਤੇ ਘੰਟਾ ਲੱਗ ਜਾਂਦਾ ਜਦੋਂ ਉਹਨੂੰ ਪਤਾ ਲੱਗਾ ਮੈਂ ਕੈਨੇਡਾ ਚ ਡਾਕਟਰ ਲੱਗਣ ਲਈ ਟੈਸਟ ਦੀ ਤਿਆਰੀ ਕਰ ਰਹੀ ਹਾਂ ਉਹ ਮੈਨੂੰ ਇੱਕ ਜਾਂ ਦੋ ਗੇੜੇ ਹੀ ਲਾਉਣ ਦਿੰਦੇ ਮੈਂ ਸੁਪਰਵਾਈਜ਼ਰ ਬਰਾਡ ਅੰਕਲ ਨੂੰ ਘੰਟੇ ਬਾਅਦ ਰਿਪੋਰਟ ਦੇ ਦਿੰਦੀ ਬਾਕੀ ਸਮਾਂ ਮੈਂ ਦਫ਼ਤਰ ਚ ਬੈਠੀ ਕੰਪਿਊਟਰ ਤੇ ਪੜ੍ਹਾਈ ਕਰਦੀ ਰਹਿੰਦੀ ਜਾਂ ਨੋਟਸ ਤਿਆਰ ਕਰਨ ਲੱਗ ਪੈਂਦੀ ਉਹ ਮੇਰੀ ਜਗ੍ਹਾ ਵੀ ਢੇੜੇ ਕੱਢੀ ਜਾਂਦੀ ਘਰ ਆਉਣ ਜਾਣ ਵਧ ਗਿਆ ਸੀ ਉਹ ਮੇਰੇ ਬੱਚਿਆਂ ਦੀ ਮਾਸੀ ਬਣ ਗਈ ਮੈਂ ਉਹਦਿਆਂ ਦੀ ਉਹਦੀ ਆਪਣੇ ਘਰ ਵਾਲੇ ਨਾਲ ਬਣਦੀ ਨਹੀਂ ਸੀ ਇੱਕ ਵਾਰ ਮੈਂ ਉਹਦੇ ਮੂੰਹ ਤੇ ਨੀਲ ਪਏ ਦੇਖੇ ਅੱਖਾਂ ਸੁੱਜੀਆਂ ਹੋਈਆਂ ਸੀ ਮੇਰੇ ਪੁੱਛਣ ਤੇ ਝੂਠਾ ਹਾਸਾ ਹੱਸਦੀ ਕਹਿਣ ਲੱਗੀ ਡਾਕਟਰ ਭੈਣੇ ਰਾਤ ਵਾਸ਼ਰੂਮ 'ਚ ਡਿੱਗ ਪਈ ਮੈਨੂੰ ਲੱਗਾ ਉਹ ਨੇਕਾਂ ਭਾਰਤੀ ਔਰਤਾਂ ਵਾਂਗ ਪਤੀ ਦਾ ਜ਼ਬਰ ਚੱਲੀ ਜਾ ਰਹੀ ਸੀ ਮੇਰੇ ਤੇ ਜਗਦੀਪ ਦੇ ਕਹਿਣ ਦੇ باوجود ਉਹਨੇ ਕਦੇ ਵੀ ਪੁਲਿਸ ਨੂੰ ਕਾਲ ਨਾ ਕੀਤਾ ਮੈਂ ਉਸ ਨਾਲ ਜੌਬ ਕਰਦਿਆਂ ਕਰਦਿਆਂ ਡਾਕਟਰੀ ਦਾ ਟੈਸਟ ਪਾਸ ਕਰ ਗਈ ਡਾਕਟਰ ਕਿਰਨ ਨੂੰ ਮੇਰੇ ਤੋਂ 2 ਸਾਲ ਪਹਿਲਾਂ ਮੈਨੀ ਟੋਬਾ ਦੀ ਰਾਜਸਥਾਨੀ ਵਿਨੀਪੈਗ ਲਾਗੇ ਇੱਕ ਟਾਊਨ ਤੇ ਰੈਜ਼ਿਡੈਂਸੀ ਮਿਲ ਗਈ ਸੀ 2 ਸਾਲ ਬਾਅਦ ਮੈਂ ਵੀ ਜਗਦੀਪ ਤੇ ਦੋਵਾਂ ਬੱਚਿਆਂ ਨੂੰ ਲੈ ਕੇ ਇੱਥੇ ਮੂਵ ਹੋ ਗਈ ਤੇ ਜਦੋਂ ਅਸੀਂ ਵੈਨਕੂਵਰ ਤੋਂ ਇੱਥੇ ਸ਼ਿਫਟ ਹੋਣ ਲੱਗੇ ਹਰਬਿੰਦਰ ਮੈਨੂੰ ਜਫੀ ਚ ਛੱਡੇ ਨਾ ਆਪ ਵੀ ਰੋਈ ਜਾਵੇ ਮੈਨੂੰ ਵੀ ਰੁਆਈ ਜਾਵੇ ਮਰਜਣੀ ਬਹੁਤ ਪਿਆਰ ਲੈ ਰਹੀ ਸੀ ਮੈਨੂੰ ਇੱਥੇ ਆਈ ਨੂੰ 8 ਸਾਲ ਹੋ ਚੱਲੇ ਆ ਉਹਨੇ ਹੁਣ ਤੱਕ ਸਹੇਲੀਆਂ ਵਾਲਾ ਨਾਤਾ ਬਣਾਈ ਰੱਖਿਆ ਸੀ ਹੁਣ ਮੰਦੀਪ ਦੇ ਫੋਨ ਨੇ ਮੈਨੂੰ ਹਿਲਾ ਹੀ ਦਿੱਤਾ ਆ ਉਹਦੇ ਬੱਚਿਆਂ ਦਾ ਕੀ ਬਣੇਗਾ ਮੈਂ ਆਪਣੇ ਬੋਟਾ ਮਲ ਨਿਗਾਹ ਮਾਰਦੀ ਆ ਇਹ ਖੇਡ ਚ ਮਸਤ ਹਨ ਉਹਦੇ ਬਿਲ ਕਰੇ ਬੱਚਿਆਂ ਦਾ ਸੋਚ ਕੇ ਅੱਖਾਂ ਚ ਅਥਰੂ ਤਤਰੀਆਂ ਵਾਂਗ ਵਗਣ ਲੱਗ ਪਏ ਬੇਟੀ ਤੇ ਬੇਟਾ ਭੱਜ ਕੇ ਆਏ ਕੀ ਹੋਇਆ ਮੰਮਾ ਮੈਨਾਂ ਮੇਰੇ ਅਥਰੂ ਪੁੰਜੇ ਮੈਂ ਥੇਰੇ ਤੇ ਮੁਸਕਰਾਟ ਲਿਆ ਕੇ ਮੂੜੇ ਨਾਲ ਨੂੰ ਖੇਡਣ ਲਾ ਦਿੱਤਾ ਹੈ ਮੈਂ ਨਾ ਤੋਂ ਡਰਦੀ ਟੀਵੀ ਵੀ ਨਹੀਂ ਲਾ ਰਹੀ ਆਪਣੀ ਮਾਸੀ ਦੀ ਹੱਤਿਆ ਵੇਖ ਕੇ ਸਹਿਮ ਜਾਣਗੇ ਬੇਟੀ ਦੇ ਮਨ 'ਚ ਤਾਂ ਸਾਰੀ ਉਮਰ ਲਈ ਖੌਫ ਬੈਠ ਜਾਏਗਾ ਇਸ ਕਤਲ ਨੇ ਕਮਿਊਨਿਟੀ 'ਚ ਦਹਿਸ਼ਤ ਤੇ ਖੌਫ ਤਾਂ ਬਿਠਾਉਣਾ ਹੀ ਹਨ ਨਾਲ ਹੀ ਕੈਨੇਡੀਅਨ ਲੋਕਾਂ ਨੇ ਭਾਰਤੀ ਲੋਕਾਂ ਨੂੰ ਨਫ਼ਰਤ ਵੀ ਕਰਨ ਲੱਗ ਪੈਣਾ ਹੈ ਕੁਝ ਸਥਾਨਕ ਲੋਕ ਤਾਂ ਪਹਿਲੇ ਹੀ ਸਾੜੇ ਨਾਲ ਭਰੇ ਪਏ ਹੈ ਮੈਨੂੰ ਯਾਦ ਆ ਰਿਹਾ ਜਦੋਂ ਮੈਂ ਤੇ ਜਗਦੀਪ ਇੱਕ ਮਾਰਕੀਟਸ ਘੁੰਮਦੇ ਇੱਕ ਗੋਰੇ ਦੀਆਂ ਟਿੱਪਣੀਆਂ ਦਾ ਸ਼ਿਕਾਰ ਹੋਏ ਸੀ ਫਿਰ ਜਦੋਂ ਜਗਦੀਪ沃尔ਮਾਰਟਸ ਨੌਕਰੀ ਕਰਦਾ ਹੁੰਦਾ ਸੀ ਉਦੋਂ ਵੀ ਇਦਾਂ ਦੀ ਇੱਕ ਘਟਨਾ ਵਾਪਰੀ ਸੀ ਨਾਲ ਕੰਮ ਕਰਦੇ ਇੱਕ ਗੋਰੇ ਨੇ ਜਗਦੀਪ ਦੀ ਪੱਗ ਵੱਲ ਘੂਰੀ ਵੱਟੀ ਤੇ ਬੋਲਿਆ ਮਿਸਟਰ ਸਿੰਘ ਇੱਕ ਪਾਸੇ ਪੱਗਾਂ ਬੰਨਦੇ ਹੋ ਧਾਰਮਿਕ ਕਹਾਉਂਦੇ ਹੋ ਦੂਜੇ ਪਾਸੇ ਆਪਣੀਆਂ ਪਤਨੀਆਂ ਦੇ ਕਤਲ ਕਰ ਦਿੰਦੇ ਹੋ ਜੇ ਨਹੀਂ ਨਿਭਦੀ ਤਾਂ ਤਲਾਕ ਕਿਉਂ ਨਹੀਂ ਲੈ ਲੈਂਦੇ ਇਹ ਸੁਣ ਕੇ ਇੱਕ ਵਾਰ ਤਾਂ ਜਗਦੀਪ ਪਮੱਤਰ ਗਿਆ ਸੀ ਉਹਦੇ ਕੋਲੋਂ ਇਹ ਧਰਮ ਤੇ ਹਮਲਾ ਸਹਿ ਨਾ ਹੋਇਆ ਉਹਨੇ ਦੱਸਿਆ ਫਿਰ ਉਸ ਹੌਸਲਾ ਕਰਕੇ ਕਿਹਾ ਸੀ ਸਾਰੇ ਸਿੱਖ ਅਜੇ ਨਹੀਂ ਨਾਲੇ ਮੈਂ ਕੈਨੇਡਾ ਦੀ ਪ੍ਰੋਗਰੈਸਿਵ ਐਸੋਸੀਏਸ਼ਨ ਦਾ ਸਰਗਰਮ ਕਾਮਾ ਹਾਂ ਹੁਣ ਕੈਨੇਡਾ ਮੇਰਾ ਵੀ ਦੇਸ਼ ਆ ਮੈਂ ਇੱਥੋਂ ਦੇ ਕਾਨੂੰਨ ਤੇ ਰੀਤੀ ਰਿਵਾਜਾਂ ਮੁਤਾਬਕ ਜੀਵਨ ਬਸਰ ਕਰਦਾ ਹਾਂ ਗੋਰੇ ਦੀ ਤਸੱਲੀ ਨਾ ਹੋਈ ਸਗੋਂ ਮੋਢੇ ਝਟਕਾ ਕੇ ਤੁਰ ਪਿਆ ਸੀ ਜਗਦੀਪ ਦਾ ਚਿਹਰਾ ਸੂਤਿਆ ਗਿਆ ਇੱਕ ਡਰ ਤੇ ਸਹਿਮ ਛਾ ਗਿਆ ਮੰਚ ਅਜਿਆ ਸੈਮ ਉਦੋਂ ਮੇਰੇ ਚਿਹਰੇ ਤੇ ਵੀ ਫੈਲ ਗਿਆ ਸੀ ਜਦੋਂ ਸੇਂਟ ਪਾਲ ਹਸਪੀਟਲ 'ਚ ਅਸੈਸਮੈਂਟ ਕਰਨ ਦੌਰਾਨ ਮੈਨੂੰ ਬੁਖਾਰ ਚੜ ਗਿਆ ਸੀ ਉਸ ਦਿਨ ਕਾਫੀ ਪੀਂਦਿਆਂ ਇੱਕ ਗੋਰੀ ਡਾਕਟਰ ਮੇਰੇ ਵਾਲੀ ਕੋ ਟੱਕ ਵੇਖੀ ਜਾਵੇ ਮੇਰਾ ਸੂਤਾ ਚਿਹਰਾ ਵੇਖ ਕੇ ਕਹਿਣ ਲੱਗੀ ਡਾਕਟਰ ਸ਼ੀਰੀ ਬੜੈ ਤੁਸੀਂ ਘਰ 'ਚ ਸੁਰੱਖਿਅਤ ਹੋ ਤੁਹਾਡੀ ਜਾਨ ਨੂੰ ਖਤਰਾ ਤੇ ਨਹੀਂ ਤੁਹਾਨੂੰ ਪੁਲਿਸ ਦੀਆਂ ਸੇਵਾਵਾਂ ਦਾ ਪਤਾ ਹੈ ਮੇਰੇ ਪਤੀ ਇਦਾਂ ਦੇ ਨਹੀਂ ਡਾਕਟਰ ਉਹ ਗਾਂਵਦੂ ਨੇ ਨਾਲੇ ਮੈਨੂੰ ਬਹੁਤ ਪਿਆਰ ਕਰਦੇ ਆ ਮੈਂ ਮੱਸਾਉ ਦੀ ਤਸੱਲੀ ਕਰਵਾਈ ਸੀ ਡਾਕਟਰ ਕਿਰਨ ਦਾ ਫੋਨ ਆ ਗਿਆ ਉਹ ਵੀ ਹਰਬਿੰਦਰ ਦੀਆਂ ਗੱਲਾਂ ਲੈ ਕੇ ਬਹਿ ਗਈ ਆ ਮੇਰੇ ਅਥਰੂ ਦੁਬਾਰਾ ਡਿੱਗਣ ਲੱਗ ਪਏ ਹਨ ਡਾਕਟਰ ਕਿਰਨ ਮੈਨੂੰ ਚੁੱਪ ਕਰਵਾਉਣ ਲੱਗ ਪਈ ਆ ਮੈਂ ਉਹਦੇ ਕਹੀ ਹੱਥ ਮੂੰਹ ਧੋਤਾ ਮੈਂ ਡਰੈਸ ਚੇਂਜ ਕਰਕੇ ਸ਼ਾਸ਼ਾ ਤੋਂ ਮਰੀਜ਼ ਬਾਰੇ ਪੁੱਛਿਆ ਉਹ ਕੇ ਰਿਪੋਰਟ ਮਿਲਣ ਤੇ ਮੈਂ ਲੈਪਟਾਪ ਤੇ ਮਰੀਜ਼ਾਂ ਬਾਰੇ ਨੋਟ ਲਿਖਣ ਲੱਗ ਪਈ ਆ ਪਤਾ ਨਹੀਂ ਕਿਉਂ ਲਿਖਣ ਦੀ ਬਜਾਏ ਮੈਨੂੰ ਪਿੰਡ ਦੀ ਇੱਕ ਘਟਨਾ ਯਾਦ ਆਈ ਆ। ਉਦੋਂ 7ਵੀਂ ਜਾਂ 8ਵੀਂ ਜਮਾਤ ਚ ਪੜਦੀ ਹੋਣੀ ਆ। ਸਾਡੇ ਪਿੰਡ ਸਭ ਤੋਂ ਵੱਡਾ ਘਰ ਤੇ ਵਿੜਾ ਬਿਸ਼ਨ ਸੋਂਤਾਏ ਦਾ ਹੁੰਦਾ ਸੀ। ਉਹਨਾਂ ਦੀ ਵੱਡੀ ਬੇਟੀ ਇੰਦਰਜੀਤ ਮੇਰੇ ਤੋਂ 10-12 ਸਾਲ ਵੱਡੀ ਸੀ। ਕਹਿੰਦੇ ਰਾਤ ਨੂੰ ਇੰਦਰਜੀਤ ਦੇ ਢਿੱਡ 'ਚ ਦਰਦ ਹੋਇਆ, ਤੜਕਿਓ ਮਰ ਗਈ। ਮੇਰੀ ਤਾਈ ਉਹਨਾਂ ਦੇ ਅਫਸੋਸ ਕਰਕੇ ਵਾਪਸੀ ਤੇ ਮੰਮੀ ਕੋਲ ਆ ਗਈ। ਮੈਂ ਅੰਦਰ ਪੜ ਰਹੀ ਸੀ। ਭੈਣੇ ਇੱਕ ਡਾਣਾ ਲੋੜਾ ਹੋਇਆ। ਵੱਡੇ ਵਿੜੇ ਵਾਲਿਆਂ ਨਾਲ ਦੁੱਧ ਮੱਖਣਾ ਨਾਲ ਪਾਲੀ ਪਲੋਸੀ ਜਵਾਂਤੀ ਦੁਰਗੀ ਕਿੰਨੀ ਥੋੜੀ ਲਖਵਾ ਕੇ ਆਈ ਸੀ ਰੱਬ ਦੇ ਰੰਗਾਂ ਨੂੰ ਕੌਣ ਟਾਲ ਸਕਦਾ ਢਿੱਡ ਦਰਦ ਨਾਲ ਹੀ ਕੁੜੀ ਮੁੱਕ ਗਈ ਮੇਰੀ ਮੰਮੀ ਬਹੁਤ ਚਿੰਤਾਤ ਸੀ ਨੀਦਰਾਣੀਆਂ ਜਲਜਾਨੀ ਕਾ ਨੂੰ ਢਿੱਡ ਦਰਦ ਨਾਲ ਮਰੀ ਆ 6ਵਾਂ 7ਵਾਂ ਮਹੀਨਾ ਚੱਲਦਾ ਸੀ ਪੈਰ ਭਾਰੀ ਹੋਇਆ ਦਾ ਮਾਂ ਨੂੰ ਪਤਾ ਹੀ ਨਹੀਂ ਚੱਲਿਆ ਕੋਈ ਔੜ-ਪੌੜ ਨਾ ਕਰ ਲੈਂਦੀ ਪਿਓ ਨੂੰ ਪਤਾ ਲੱਗਣ ਦੀ ਦੇਰ ਸੀ ਅਗਲੇ ਨੇ ਗਲਾ ਘੁੱਟ ਕੇ ਮਾਰਤੀ ਸਰਪੰਚ ਨਾਲ ਗੱਟਮਟ ਕੀਤੀ ਤੇ ਦਿਨ ਚੜ੍ਹਦਿਆਂ ਸੰਸਕਾਰ ਕਰਤਾ। ਤਾਈ ਮੰਮੀ ਦੇ ਕੰਨਾਂ 'ਚ ਫੁਸਫੁਸ ਕਰ ਰਹੀ ਸੀ। ਡਾਡਿਆ ਜਿੱਥੀਆਂ ਦੇਣੀਆਂ ਤੇ ਇੱਜ਼ਤ ਰੱਖਣ ਵਾਲੀਆਂ ਦਈ। ਤੇਰੇ ਹੱਥ ਹੀ ਪੁੱਤ ਪੱਤਾ ਸਭ ਦੀ ਮੰਮੀ ਨੇ ਉੱਪਰ ਵੱਲ ਹੱਥ ਜੋੜੇ। ਉਦੋਂ ਮੈਂ ਨਿਆਣੀ ਸੀ ਮੰਮੀ ਤੇ ਤਾਈ ਦੀ ਪੂਰੀ ਗੱਲ ਸਮਝ ਨਹੀਂ ਸੀ। ਉੰਜ ਮੈਂ ਇੰਦਰਜੀਤ ਦੀ ਮੌਤ ਬਾਰੇ ਸੁਣ ਕੇ ਡਰ ਜ਼ਰੂਰ ਗਈ ਸੀ। ਡਰੀ ਤਾਂ ਮੈਂ ਹੁਣ ਵੀ ਪਈ ਆਂ ਪਿੱਛੇ ਜੇ ਮੈਂ ਰੋਜ਼ ਰਾਤ ਨੂੰ ਇੰਦਰਜੀਤ ਦੀ ਗੱਲ ਛੇੜ ਲੈਂਦੀ। ਰਾਤ ਨੂੰ ਮੈਨੂੰ ਭੜੇ ਭੜੇ ਸੁਪਨੇ ਆਉਣੇ ਇਸ ਡਰ ਚ ਮੈਨੂੰ ਜਗਦੀਪ ਨੇ ਕੱਢਿਆ ਸੀ ਮੈਡਮ ਜੀ ਹੁਣ ਕੈਨੇਡਾ ਮੁਤਾਬਕ ਜਿਉ ਭੂਤ ਨੂੰ ਭੁੱਲ ਜਾਓ ਉਹਨੂੰ ਤਾਂ ਮੈਂ ਭੁੱਲ ਗਈ ਹਰਬਿੰਦਰ ਨੂੰ ਕਿਵੇਂ ਭੁੱਲਾਂ ਉਹਦਾ ਗੋਲ ਮਟੋਲ ਹਸੂ ਹਸੂ ਕਰਦਾ ਚਿਹਰਾ ਮੇਰੇ ਸਾਹਮਣੇ ਘੁੰਮੇ ਜਾਂਦਾ ਮੈਂ ਬੈਡਰੂਮ ਚ ਸਵਰੀਤ ਤੇ ਹਰਸ਼ ਨੂੰ ਲਿਆ ਕੇ ਕੱਪੜੇ ਬਦਲਾਈ ਇਹਨਾਂ ਨੂੰ ਸੂਪ ਪਿਆਇਆ ਪੜਨ ਦੀ ਬਜਾਏ ਸਵਰੀਤ ਮੂਵੀ ਚ ਤੇ ਹਰਸ਼ ਗੇਮ ਖੇਡਣ ਚ ਬਿਜ਼ੀ ਹੋ ਗਏ ਆ ਮੈਂ ਬੱਚਿਆਂ ਤੋਂ ਚੋਰੀ ਬੈੱਡਰੂਮ ਵਾਲਾ ਟੀਵੀ ਲਾਉਣੀ ਆ ਟੀਵੀ ਤੇ ਵੱਡੀ ਟੁੱਕੀ লাশ ਦੇਖ ਕੇ ਮੇਰਾ ਜੀ ਘਬਰਾਉਣ ਲੱਗ ਪਿਆ ਕਿੱਦਾਂ ਦਾ ਜ਼ਾਲਮ ਬੰਦਾ ਹੋਏਗਾ ਇੰਨੀ ਬੇਰਹਿਮੀ ਨਾਲ ਵੱਢ ਟੁੱਕ ਮੈਂ ਤਾਂ ਬੱਚਿਆਂ ਕਰਕੇ ਰੋ ਵੀ ਨਹੀਂ ਸਕਦੀ ਜਗਦੀਪ ਦੇ ਫੋਨ ਦੀ ਘੰਟੀ ਵੱਜੀ ਆ ਹੈਲੋ ਕਹਿੰਦੇ ਮੇਰੀ ਭੂਬ ਨਿਕਲ ਗਈ ਉਹ ਮੈਨੂੰ ਹੌਸਲਾ ਦੇਣ ਲੱਗ ਪਈ ਐ ਮੇਰੇ ਹਟਕੋਰੇ ਘਟ ਹੋਏ ਜਗਦੀਪ ਹਰਬਿੰਦਰ ਦੇ ਹਸਬੰਦ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸਾਲੇ ਵੱਡੇ ਦਲੇਰ ਤੇ ਅਣਖੀ ਬਣੇ ਫਿਰਦੇ ਆ ਮੰਮੇ ਭੂਆ ਦੀਆਂ ਧੀਆਂ ਨਾਲ ਵਿਆਹ ਕਰਵਾ ਕੇ ਇੱਥੇ ਆਏ ਆ ਤੇ ਇਹਨਾਂ ਨੇ ਤਾਂ ਸਾਡਾ ਧਰਮ ਤੇ ਗ੍ਰੰਥ ਸਾਹਿਬ ਨਹੀਂ ਬਖਸ਼ੇ ਹਰ ਜਾਇਜ਼ ਨਜਾਇਜ਼ ਤਰੀਕਾ ਵਰਤ ਕੇ ਇੱਥੇ ਆ ਡੇਰੇ ਲਾਏ ਆ ਹੁਣ ਸੱਚੇ ਸੂਰਮੇ ਬਣਨ ਲੱਗ ਪਏ ਜਗਦੀਪ ਨੇ ਹਰਬਿੰਦਰ ਦੀਆਂ ਕਿੰਨੀਆਂ ਸਾਰੀਆਂ ਗੱਲਾਂ ਯਾਦ ਕਰਵਾਈਆਂ ਇਹਨਾਂ ਨੂੰ ਇੰਡੀਅਨ ਲੋਕਾਂ ਦੇ ਅਜਿਹੇ ਕਿਰਦਾਰ ਨਾਲ ਬੜੀ ਨਫ਼ਰਤ ਆ ਉਹ ਇਸ ਗੱਲੋਂ ਗੋਰਿਆਂ ਦੀ ਸਿਫਤ ਕਰ ਰਹੇ ਐ ਇਹਨਾਂ ਦੇ ਚਾਰ ਬੋਲਾਂ ਨਾਲ ਮੈਂ ਥੋੜੀ ਕਾਇਮ ਹੋਈ ਆ ਮੈਂ ਲਿਵਿੰਗ ਰੂਮ ਚ ਆ ਕੇ ਧੀ ਨੂੰ ਗਲਬੱਕੜੀ ਚ ਲੈ ਲਿਆ ਲੈਂਡਫੋਨ ਦੀ ਘੰਟੀ ਸੁਣ ਕੇ ਮੈਂ ਗਲਵਕੜੀ ਛੱਡੀ ਫੋਨ ਮਨਦੀਪ ਦਾ ਹੀ ਹੋਏਗਾ ਮੈਂ ਨਹੀਂ ਚੁੱਕਣਾ ਇਸ ਕੁੜੀ ਨੇ ਕਮਲੀ ਕਰ ਦੇਣਾ ਇਹ ਪੁੱਛੇਗੀ ਸ਼੍ਰੀ ਜੀ ਦੀ ਜੀ ਆਪਣੇ ਇੰਡੀਅਨ ਕੁੜੀਆਂ ਨੂੰ ਹੀ ਕਿਉਂ ਮਾਰਦੇ ਨੇ ਵੱਖ-ਵੱਖ ਚੈਨਲਾਂ ਤੋਂ ਇਹੀ ਸਵਾਲ ਇੰਡੀਅਨ ਲੋਕਾਂ ਤੋਂ ਪੁੱਛਿਆ ਜਾ ਰਿਹਾ ਹੈ ਮੈਂ ਬੈੱਡਰੂਮ 'ਚ ਵੜਦੇ ਹਾਂ ਮੋਟ ਟੀਵੀ ਲਾਇਆ ਲਹੂ ਨਾਲ ਲੱਤ-ਪੱਤ ਲਾਸ਼ ਤੇ ਬਾਰ-ਬਾਰ ਕੈਮਰਾ ਮਾਰਿਆ ਜਾ ਰਿਹਾ ਹੈ ਲਹੂ ਦਾ ਛੱਪੜ ਵੇਖ ਕੇ ਤਾਂ ਉਦੋਂ ਤਰਾਹ ਨਿਕਲ ਰਿਹਾ ਹੈ ਐਂਕਰ ਉੱਚੀ-ਉੱਚੀ ਬੋਲ ਕੇ ਲਾਂਤਾਂ ਪਾ ਰਿਹਾ ਹੈ ਇਹਨਾਂ ਦੇ ਬੋਲ ਤਾਂ ਮਾਹੌਲ ਨੂੰ ਹੋਰ ਵੀ ਡਰਾਉਣਾ ਬਣਾ ਰਹੇ ਐ। ਲਾਸ਼ ਵੇਖ ਕੇ ਤਾਂ ਮੇਰਾ ਪਹਿਲਾਂ ਹੀ ਬੁਰਾ ਹਾਲ ਹੋਇਆ ਪਿਆ ਸੀ। ਇਹਨਾਂ ਸੂਟਡ ਬੂਟਡ ਐਂਕਰਾਂ ਦੀਆਂ ਚੱਕਵੀਆਂ ਆਵਾਜ਼ਾਂ ਨੇ ਹੋਰ ਭੈ ਭੀਤ ਕਰ ਦਿੱਤਾ। ਮੈਂ ਟੀਵੀ ਬੰਦ ਕਰਕੇ ਰਸੋਈ 'ਚ ਰੇਡੀਓ ਚੁੱਕ ਲਈਆਂ। ਐਫਐਮ ਤੇ ਹਰਬਿੰਦਰ ਬਾਰੇ ਟਾਕ ਸ਼ੋਅ ਚੱਲ ਰਿਹਾ ਐ। ਕੈਨੇਡਾ 'ਚ ਇੰਡੀਅਨ ਦੀ ਇਲੀਗਲ ਐਂਟਰੀ, ਝੂਠੀ ਇਮੀਗ੍ਰੇਸ਼ਨ, ਡਰੱਗ ਦਾ ਤੰਦਾ, ਔਰਤਾਂ ਦੇ ਕਤਲ ਬਾਰੇ ਮਾਮਲਾ ਭਖਿਆ ਹੋਇਆ ਹੈ। ਇੱਕ ਗੋਰਾ ਕਹਿ ਰਿਹਾ ਏਸ਼ੀਅਨ ਕਲਚਰ ਪਿਛਾ ਖਿੱਚੂ ਹੈ ਸਭ ਲੋਕ ਹਰਬਿੰਦਰ ਦੇ ਕਤਲ ਨੂੰ ਨਿੰਦ ਰਹੇ ਹਨ ਤਾਂਡੀ ਮੰਗਤੇ ਦੀ ਕਾਲ ਆਈ ਹੈ ਇੱਕ ਮੇਨਾ ਕੁੜੀਆਂ ਦੇ ਵੈਸਟਰਨ ਕਲਚਰ ਚ ਪੈਨ ਕਰਕੇ ਵਿਗੜੀਆਂ ਹੋਣ ਦਾ ਦੋਸ਼ ਲਾ ਰਿਹਾ ਹੈ ਕਈ ਉਦਾਹਰਨਾਂ ਦੇ ਕੇ ਕੁੜੀਆਂ ਵੱਲੋਂ ਕੀਤੀਆਂ ਠੱਗੀਆਂ ਗਿਣਾ ਰਿਹਾ ਹੈ ਉਹ ਸਿੱਧੇ ਤੌਰ ਤੇ ਕਤਲ ਨੂੰ ਜਾਇਜ਼ ਠਹਿਰਾ ਰਿਹਾ ਹੈ ਤੇ ਪੰਜਾਬੀਆਂ ਦੀ ਅਣਖ ਤੇ ਗੈਰਤ ਖਤਰੇ ਚ ਦੱਸਦਾ ਪਿਆ ਹੋਸਟ ਨੇ ਉਹਦੀ ਕਾਲ ਕੱਟ ਦਿੱਤੀ ਹੈ ਹੋਰ ਕਾਲਾਂ ਵਾਲੇ ਉਹਨੂੰ ਗਾਲ੍ਹਾਂ ਕੱਢਣ ਲੱਗ ਪਏ ਹੈ ਉਹ ਪੰਜਾਬ ਦੇ ਪੁਰਾਣੇ ਪਿੰਡਾਂ ਦੀਆਂ ਅਣਖ ਦੱਸਣ ਲੱਗ ਪਿਆ ਸੀ ਮੇਰੀ ਸੁਰਤੀ ਵੀ ਆਪਣੇ ਪਿੰਡ ਨਾਲ ਜੁੜ ਗਈ ਆ ਜਿੱਥੇ 8ਵੀਂ ਤੱਕ ਸਕੂਲ ਆ ਫਿਰ ਸ਼ਹਿਰ ਪੜਨ ਜਾਣ ਜਾਣਾ ਪੈਂਦਾ ਬਹੁਤੇ ਮਾਪੇ ਕੁੜੀਆਂ ਨੂੰ ਸ਼ਹਿਰ ਭੇਜਦੇ ਹੀ ਨਾ ਜਿਹੜੇ ਭੇਜਦੇ ਉਹ ਵੀ 10ਵੀਂ ਜਾਂ 12ਵੀਂ ਕਰਕੇ ਹਟਾ ਲੈਂਦੇ ਮੈਂ ਤੇ ਤਾਈ ਦੀ ਧੀ ਕਮਲ ਕੱਠੀਏ ਕਾਲਜ ਲੱਗੀਆਂ ਜਦੋਂ ਤਾਈ ਦੇ ਮੁੰਡੇ ਕਾਲਜ ਜਾਣ ਲੱਗੇ ਉਹਨਾਂ ਕਮਲ ਨੂੰ ਕਾਲਜ ਤੋਂ ਹਟਾਤਾ ਤਾਈ ਦੇ ਮੁੰਡੇ ਮੈਨੂੰ ਵੀ ਹਟਾਉਣਾ ਚਾਹੁੰਦੇ ਸੀ ਪਰ ਕੈਨੇਡਾ ਬੈਠੇ ਡੈਡੀ ਦਾ ਸੁਪਨਾ ਸੀ ਮੈਂ ਡਾਕਟਰ ਬਣਾ ਤੇ ਸਾਡੇ ਇੰਡੀਅਨ ਕਿਹੜਾ ਡਾਕਟਰ ਕੁੜੀਆਂ ਨੂੰ ਮਾਰਦੇ ਨਹੀਂ ਸਮਾਜ ਦੇ ਚੰਗੇ ਭਲੇ ਬੰਦਿਆਂ ਨੂੰ ਡਿਸਟਰਬ ਕਰ ਦਿੰਦੇ ਆ ਚਾਚਾ ਮੇਜੀ ਪਿੰਡ ਦਾ ਪੰਚ ਸੀ ਜਦੋਂ ਅਸੀਂ ਕੈਨੇਡਾ ਆਏ ਉਤੋਂ 2-3 ਸਾਲ ਪਹਿਲਾਂ ਚਾਚੇ ਨਾਲ ਇੱਕ ਘਟਨਾ ਵਾਪਰੀ ਸੀ ਉਹਦੀ ਕੁੜੀ ਜੋਤੀ ਨਵੀਂ-ਨਵੀਂ ਕਾਲਜ ਜਾਣ ਲੱਗੀ ਸੀ ਇੱਕ ਦਿਨ ਉਹ ਕਾਲਜ ਗਈ ਘਰ ਨਾ ਮੁੜੀ ਉਹਨਾਂ ਲੱਭਣ ਲਈ ਬਥੇਰੀ ਨੱਟ ਭੱਜ ਕੀਤੀ ਨਾ ਉਹ ਲੱਭੀ ਨਾ ਉਹ ਘਰ ਵਾਪਸ ਆਈ। ਕਈ ਦਿਨਾਂ ਤੋਂ ਬਾਅਦ ਪਤਾ ਲੱਗਾ ਉਹਨੇ ਪਿੰਡ ਦੇ ਆਪਣੇ ਗੋਤ ਵਾਲੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ। ਉਹ ਕਿਤੇ ਲੁਕ ਛਿਪ ਕੇ ਰਹਿਣ ਲੱਗ ਪਈ ਸੀ। ਮੇਜੀ, ਚਾਚੇ ਨੂੰ ਧੀ ਦੇ ਭੱਜਣ ਦੀ ਨਮੋਸ਼ੀ ਮਾਰ ਗਈ। ਉਹਨੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰ ਲਿਆ। ਧੰਨਵਾਦ। ਚਲਦਾ।